देखो एक बंदी सिखां दी भी किसी ने गल की सी ते मेरी आ 30 तरीक आ 30 अप्रैल आ जिहड़ी ये सुप्रीम कोर्ट च राजवाणे दी लगी हुई है ते उत्थे बीबी हरसिमरत कौर बोल के आए ने भी उन्हां दी रिहाई। देखो मैनू बीबी हरसिमरत कौर जी एक जवाब दे देण। हरसिमरत कौर बीबी इस अतवादियों नूं पार्लीमेंट च तां कहिंदी आ छड्डो, दूजे पासे जदों मजीठिया जी दी बेल दी गल आउंदी आ फिर कहिंदे आ सानूं पटियाले जेल च अतवादियों तों खतरा। ओह एक गल ते तां हुण भी ओह फैसला कर लैण किहदे नाल ने। इस करके मैं तां चाहूँगा बीबी जी, मैं तां इह गल कही सी भी जिहड़े भी बंदी सिख ने उहनां नूं रिहा करा के अकाल तख्त साहिब ते बिठाउण, उत्थे SGPC दी प्रधानगी देण, अकाली दल दी प्रधानगी राजवाणा साहिब नूं देण जिहड़े उहनां दी वोट मंग के गई आ मंग के गए ने। ते इस करके असली गल तां त्याग दिखाओ ना। ਤੁਹਾਡਾ ਕੀ ਟੇਕ ਹੈਗਾ ਸਰ ਇਹਦੇ ਤੇ, ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਭਾਵੇਂ ਰਾਜੋਆਣਾ ਭਾਵੇਂ ਦਵਿੰਦਰਪਾਲ? ਨਹੀਂ, ਬੰਦੀ ਸਿੱਖਾਂ ਦੇ ਵਿੱਚ ਰਾਜੋਆਣਾ ਨਹੀਂ ਗਾ, ਉਹਦੇ ਵਿੱਚ ਹਵਾਰਾ ਨਹੀਂ ਗਾ, ਇਹਨਾਂ ਨੂੰ ਤਾਂ ਫਾਂਸੀਆਂ ਮਿਲੀਆਂ ਹੋਈਆਂ ਹੈ। ਸਰ ਕਸ਼ਮੀਰ ਭੁੱਲਰ ਸਾਹਿਬ ਬਿਲਕੁਲ ਉਹਨਾਂ ਦੀ ਮਾਨਸਿਕ ਸਥਿਤੀ ਵੀ, ਅਤੇ ਨਾਲੇ ਕੋਰਟ ਨੇ ਵੀ ਉਹਨਾਂ ਨੂੰ ਤਾਂ ਕਿਹਾ ਹੋਇਆ। ਦਿੱਲੀ ਸਰਕਾਰ ਲੱਗਦਾ ਕਿ ਅੜਚਨ ਪੈਦਾ ਕਰ ਰਹੀ ਹੈ ਜੀ, ਕਿਉਂਕਿ ਉਹ ਗੱਲਾਂ ਚੱਲ ਰਹੀਆਂ ਲਗਾਤਾਰ, ਕਿਉਂਕਿ ਆਮ ਆਦਮੀ ਪਾਰਟੀ ਪੰਜਾਬ ਆ ਕੇ ਕਹਿੰਦੀ ਰਿਹਾਈ ਹੋਣੀ ਚਾਹੀਦੀ ਹੈ ਪਰ ਉੱਥੇ ਰੋਕ ਲੱਗ। ਉਹ ਤਾਂ ਤੁਹਾਨੂੰ ਪਤਾ ਹੀ ਲੱਗ ਗਿਆ ਵੀ ਦਿੱਲੀ ਦੀ ਜਿਹੜੀ ਜੇਲ੍ਹ ਆ ਜਿਹ 'ਚ ਭੁੱਲਰ ਸਾਹਿਬ ਰੱਖੇ ਹੋਏ ਆ ਉਹ ਤਾਂ ਕੇਜਰੀਵਾਲ ਦੇ ਥੱਲੇ ਆ, ਉਹ ਤਾਂ ਜਵਾਬ ਕੋਈ ਦਿੱਤਾ ਹੀ ਨਹੀਂ ਉਹਨਾਂ ਨੇ, ਉਹਨਾਂ ਦਾ ਇਲੈਕਸ਼ਨਾਂ 'ਚ ਪੁੱਛ ਕੇ ਥੱਕ ਗਏ, ਉਹਨਾਂ ਦਾ ਕਦੇ ਵੀ ਉਹਨਾਂ ਨੇ ਇਸ ਗੱਲ ਦਾ ਜਵਾਬ ਨਹੀਂ ਦਿੱਤਾ। ਪਰ ਹਾਂ ਅਸੀਂ ਭਾਈ ਜਿੰਨਾ ਚਿਰ ਅਸੀਂ ਜੋਨੇ ਆ, ਛੱਡੇ ਜਾਣ ਨਾ ਛੱਡੇ ਜਾਣ ਪਰ ਪੂਰਾ ਰਾਜਵਾਣਾ ਦੇ, ਕਿਉਂਕਿ ਸਾਨੂੰ ਲੋਕਾਂ ਦਾ ਫਿਕਰ ਆ। 30 ਤਰੀਕ ਨੂੰ ਕੀ ਫੈਸਲਾ ਹੁੰਦਾ ਹੈ ਅਪ੍ਰੈਲ ਨੂੰ ਦੇਖਾਂਗੇ, ਪਰ ਡਟ ਕੇ ਵਿਰੋਧ ਕਰਦੇ ਹਾਂ ਇਹ ਲੋਕਾਂ ਦਾ, ਕਿਉਂਕਿ ਅਸੀਂ ਪੰਜਾਬ ਦਾ ਪਰਿਵਾਰ ਬੱਚੇ ਨਹੀਂ ਮਰਾਉਣਾ ਚਾਹੁੰਦੇ। ਦੇਖੋ ਇੱਕ ਬੰਦੀ ਸਿੱਖਾਂ ਦੀ ਵੀ ਕਿਸੇ ਨੇ ਗੱਲ ਕੀਤੀ ਸੀ ਅਤੇ ਮੇਰੀ ਆ 30 ਤਰੀਕ ਆ 30 ਅਪ੍ਰੈਲ ਆ ਜਿਹੜੀ ਇਹ ਸੁਪਰੀਮ ਕੋਰਟ 'ਚ ਰਾਜਵਾਣੇ ਦੀ ਲੱਗੀ ਹੋਈ ਹੈ ਅਤੇ ਉੱਥੇ ਬੀਬੀ ਹਰਸਿਮਰਤ ਕੌਰ ਬੋਲ ਕੇ ਆਏ ਨੇ ਵੀ ਉਹਨਾਂ ਦੀ ਰਿਹਾਈ। ਦੇਖੋ ਮੈਨੂੰ ਬੀਬੀ ਹਰਸਿਮਰਤ ਕੌਰ ਜੀ ਇੱਕ ਜਵਾਬ ਦੇ ਦੇਣ। ਹਰਸਿਮਰਤ ਕੌਰ ਬੀਬੀ ਇਸ ਅੱਤਵਾਦੀਆਂ ਨੂੰ ਪਾਰਲੀਮੈਂਟ 'ਚ ਤਾਂ ਕਹਿੰਦੀ ਆ ਛੱਡੋ, ਦੂਜੇ ਪਾਸੇ ਜਦੋਂ ਮਜੀਠੀਆ ਜੀ ਦੀ ਬੇਲ ਦੀ ਗੱਲ ਆਉਂਦੀ ਆ ਫਿਰ ਕਹਿੰਦੇ ਆ ਸਾਨੂੰ ਪਟਿਆਲੇ ਜੇਲ੍ਹ 'ਚ ਅੱਤਵਾਦੀਆਂ ਤੋਂ ਖਤਰਾ। ਉਹ ਇੱਕ ਗੱਲ 'ਤੇ ਤਾਂ ਹੁਣ ਵੀ ਉਹ ਫੈਸਲਾ ਕਰ ਲੈਣ ਕਿਹਦੇ ਨਾਲ ਨੇ। ਇਸ ਕਰਕੇ ਮੈਂ ਤਾਂ ਚਾਹੂੰਗਾ ਬੀਬੀ ਜੀ, ਮੈਂ ਤਾਂ ਇਹ ਗੱਲ ਕਹੀ ਸੀ ਵੀ ਜਿਹੜੇ ਵੀ ਬੰਦੀ ਸਿੱਖ ਨੇ ਉਹਨਾਂ ਨੂੰ ਰਿਹਾਅ ਕਰਾ ਕੇ ਅਕਾਲ ਤਖ਼ਤ ਸਾਹਿਬ 'ਤੇ ਬਿਠਾਉਣ, ਉੱਥੇ SGPC ਦੀ ਪ੍ਰਧਾਨਗੀ ਦੇਣ, ਅਕਾਲੀ ਦਲ ਦੀ ਪ੍ਰਧਾਨਗੀ ਰਾਜਵਾਣਾ ਸਾਹਿਬ ਨੂੰ ਦੇਣ ਜਿਹੜੇ ਉਹਨਾਂ ਦੀ ਵੋਟ ਮੰਗ ਕੇ ਗਈ ਆ ਮੰਗ ਕੇ ਗਏ ਨੇ। ਅਤੇ ਇਸ ਕਰਕੇ ਅਸਲੀ ਗੱਲ ਤਾਂ ਤਿਆਗ ਦਿਖਾਓ ਨਾ। ਤੁਹਾਡਾ ਕੀ ਟੇਕ ਹੈਗਾ ਸਰ ਇਹਦੇ ਤੇ, ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਭਾਵੇਂ ਰਾਜੋਆਣਾ ਭਾਵੇਂ ਦਵਿੰਦਰਪਾਲ? ਨਹੀਂ, ਬੰਦੀ ਸਿੱਖਾਂ ਦੇ ਵਿੱਚ ਰਾਜੋਆਣਾ ਨਹੀਂ ਗਾ, ਉਹਦੇ ਵਿੱਚ ਹਵਾਰਾ ਨਹੀਂ ਗਾ, ਇਹਨਾਂ ਨੂੰ ਤਾਂ ਫਾਂਸੀਆਂ ਮਿਲੀਆਂ ਹੋਈਆਂ ਹੈ। ਸਰ ਕਸ਼ਮੀਰ ਭੁੱਲਰ ਸਾਹਿਬ ਬਿਲਕੁਲ ਉਹਨਾਂ ਦੀ ਮਾਨਸਿਕ ਸਥਿਤੀ ਵੀ, ਅਤੇ ਨਾਲੇ ਕੋਰਟ ਨੇ ਵੀ ਉਹਨਾਂ ਨੂੰ ਤਾਂ ਕਿਹਾ ਹੋਇਆ। ਦਿੱਲੀ ਸਰਕਾਰ ਲੱਗਦਾ ਕਿ ਅੜਚਨ ਪੈਦਾ ਕਰ ਰਹੀ ਹੈ ਜੀ, ਕਿਉਂਕਿ ਉਹ ਗੱਲਾਂ ਚੱਲ ਰਹੀਆਂ ਲਗਾਤਾਰ, ਕਿਉਂਕਿ ਆਮ ਆਦਮੀ ਪਾਰਟੀ ਪੰਜਾਬ ਆ ਕੇ ਕਹਿੰਦੀ ਰਿਹਾਈ ਹੋਣੀ ਚਾਹੀਦੀ ਹੈ ਪਰ ਉੱਥੇ ਰੋਕ ਲੱਗ। ਉਹ ਤਾਂ ਤੁਹਾਨੂੰ ਪਤਾ ਹੀ ਲੱਗ ਗਿਆ ਵੀ ਦਿੱਲੀ ਦੀ ਜਿਹੜੀ ਜੇਲ੍ਹ ਆ ਜਿਹ 'ਚ ਭੁੱਲਰ ਸਾਹਿਬ ਰੱਖੇ ਹੋਏ ਆ ਉਹ ਤਾਂ ਕੇਜਰੀਵਾਲ ਦੇ ਥੱਲੇ ਆ, ਉਹ ਤਾਂ ਜਵਾਬ ਕੋਈ ਦਿੱਤਾ ਹੀ ਨਹੀਂ ਉਹਨਾਂ ਨੇ, ਉਹਨਾਂ ਦਾ ਇਲੈਕਸ਼ਨਾਂ 'ਚ ਪੁੱਛ ਕੇ ਥੱਕ ਗਏ, ਉਹਨਾਂ ਦਾ ਕਦੇ ਵੀ ਉਹਨਾਂ ਨੇ ਇਸ ਗੱਲ ਦਾ ਜਵਾਬ ਨਹੀਂ ਦਿੱਤਾ। ਪਰ ਹਾਂ ਅਸੀਂ ਭਾਈ ਜਿੰਨਾ ਚਿਰ ਅਸੀਂ ਜੋਨੇ ਆ, ਛੱਡੇ ਜਾਣ ਨਾ ਛੱਡੇ ਜਾਣ ਪਰ ਪੂਰਾ ਰਾਜਵਾਣਾ ਦੇ, ਕਿਉਂਕਿ ਸਾਨੂੰ ਲੋਕਾਂ ਦਾ ਫਿਕਰ ਆ। 30 ਤਰੀਕ ਨੂੰ ਕੀ ਫੈਸਲਾ ਹੁੰਦਾ ਹੈ ਅਪ੍ਰੈਲ ਨੂੰ ਦੇਖਾਂਗੇ, ਪਰ ਡਟ ਕੇ ਵਿਰੋਧ ਕਰਦੇ ਹਾਂ ਇਹ ਲੋਕਾਂ ਦਾ, ਕਿਉਂਕਿ ਅਸੀਂ ਪੰਜਾਬ ਦਾ ਪਰਿਵਾਰ ਬੱਚੇ ਨਹੀਂ ਮਰਾਉਣਾ ਚਾਹੁੰਦੇ।